ਓਏ ਭੱਜਣ ਲੱਗਿਆ ਯਾਰ 300 ਦਾ 500 ਲੈਣੀ ਤੈਨੂੰ ਕਿਹਾ ਵੀ ਸਾਈਡ ਤੇ ਲਵਾ ਦੇ ਗੱਡੀ ਉਈ ਔਖਾ ਭਰਾ ਹੋਈ ਆ ਨਾ ਅਗਲੇ ਨੂੰ ਐਮਰਜੈਂਸੀ ਹੁੰਦੀ ਆ ਪਿੱਛੇ ਸਿਰਫ ਪੈਸਾ ਮੁੱਖ ਬਣਾਇਆ ਹੋਇਆਗਾ ਇੱਥੇ ਕਿਹੜੀ ਐਂਬੂਲੈਂਸ ਖੜਾਈ ਆ ਇਹਨਾਂ ਨੇ ਕੀ ਸੁਵਿਧਾ ਦਿੱਤੀ ਆ ਰਾਤ ਨੂੰ ਆ ਚੱਲਦੀਆਂ ਨੇ ਲਾਈਟਾਂ ਜਿਹੜੀਆਂ ਲਾਈਆਂ ਨੇ ਬੁੱਟਰ ਲੈਣ ਲੱਗਾ ਇਹ ਵਾਲੀ ਗੱਡੀ ਬੁੱਟਰ ਬਹੁਤ ਬਹੁਤ ਕੰਗ੍ਰੈਟਸ ਤੈਨੂੰ ਯਾਰ ਤੇ ਮੈਨੂੰ ਇਹ ਆ ਕਿ ਮੇਰੀ ਇੰਗੇਜਮੈਂਟ ਤੇ ਦੋਵੇਂ ਜੀ ਹੋਣ ਵੀ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ ਜੀ ਨਹੀਂ ਸਕਦਾ ਮੈਨੂੰ ਇੱਕ ਮੌਕਾ ਦੇ ਇੱਕ ਮੌਕਾ ਦੇ ਦੇ शॉपिंग ਐਂਡ ਰਫਤਾਰ ਆਲਸੋ ਇੰਗਲਿਸ਼ ਥੋੜੀ ਜੀ ਹਾਈ ਲੈਵਲ ਦੀ ਸੀ ਕਿਉਂਕਿ ਆਪਣੇ ਹੁਣ ਬੈਂਡ ਆ ਜੋ ਕਿ ਹੁਣ ਇੰਗਲਿਸ਼ ਆਪਾਂ ਨਾ ਉਹਦੀ ਕੱਢਤੀ ਹੋਈ ਆ ਜੀ ਬਸ ਬਹੁਤ ਆ ਨਵੀਂ ਇੰਗਲਿਸ਼ ਲਾਂਚ ਹੁਣ ਨਵੀਂ ਇੰਗਲਿਸ਼ ਆਪਾਂ ਆਪਦੀ ਲਾਂਚ ਕਰ ਰਹੇ ਆ ਜਿਹਨੇ ਐਲਸ ਕਰਨੀ ਆ ਹੁਣੇ ਕੰਟੈਕਟ ਸਾਨੂੰ ਨਾ ਕਰਿਓ ਅਭੀ ਹਜੇ ਸਾਡੇ ਆਊਟਲੈਟਸ ਖੁੱਲ ਰਹੇ ਨੇ ਇੰਗਲਿਸ਼ ਦੇ ਇੰਗਲਿਸ਼ ਦੇ ਆਊਟਲੈਟਸ ਆਊਟਲੈਟਸ ਤੋਂ ਯਾਦ ਆਇਆ ਕਿ ਅੱਜ ਆਪਾਂ ਚੱਲੇ ਆ ਸ਼ਾਪਿੰਗ ਕਰਨ ਇੰਗੇਜਮੈਂਟ ਦੀ ਫਿਰ ਆਪਾਂ ਕਿੱਥੇ ਚੱਲੇ ਸੀਗੇ ਵਰਨਾ ਦੇਖਣ ਕਿਉਂਕਿ ਯਾਰ ਨਵੀਂ ਵਰਨਾ ਆ ਚੁੱਕੀ ਆ ਬਾਲੀ ਤਗੜੀ ਆ ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਕੋਈ ਗੱਡੀ ਨਾ ਲੈ ਕੇ ਖੁਸ਼ ਹੋਏ ਆ ਅਸੀਂ ਕਿਉਂਕਿ ਪਿਛਲੇ ਸਾਲ ਆਪਾਂ ਮਤਲਬ ਫੁੱਲ ਪਲਾਨ ਕਰ ਲਿਆ ਸੀ ਕਿ ਵਰਨਾ ਲੈਣੀ ਹੀ ਲੈਣੀ ਆ ਸਾਰੇ ਕਹਿ ਰਹੇ ਸੀ ਵੀ ਨਾ ਲਓ ਅਗਲੇ ਸਾਲ ਲਾਂਚ ਹੋ ਜਾਣੀ ਆ ਪਰ ਫਿਰ ਵੀ ਸਾਨੂੰ ਐਂ ਸੀ ਵੀ ਕਿਤੇ ਨਹੀਂ ਹੋਊਗੀ ਅਜੇ 3-4 ਸਾਲ ਹਜੇ ਉਹੀ ਚੱਲੂਗੀ ਕਿਉਂਕਿ ਹਜੇ ਪੁਰਾਣੀ ਵੀ ਬਹੁਤ ਸੋਹਣੀ ਚੱਲ ਰਹੀ ਸੀ ਵਰਨਾ ਤਾਂ ਕਰਕੇ ਮੈਨੂੰ ਲੱਗਿਆ ਨਹੀਂ ਸੀ ਵੀ ਲਾਂਚ ਹੋਊਗੀ ਪਰ ਯਾਰ ਸੀਰੀਅਸਲੀ ਲਾਂਚ ਹੋਊਗੀ ਅਤੇ ਬਹੁਤ ਵਧੀਆ ਹੋਇਆ ਕਿ ਆਪਾਂ ਲਈ ਨਹੀਂ ਕਿਉਂਕਿ ਜੇ ਆਪਾਂ ਉਹ ਗੱਡੀ ਲੈ ਲੈਂਦੇ ਪਹਿਲੀ ਗੱਲ ਤਾਂ ਕਿ ਉਹਦੀ ਮਾਰਕੀਟ ਵੈਲਿਊ ਬਹੁਤ ਜ਼ਿਆਦਾ ਲੋਅ ਹੋ ਜਾਣੀ ਸੀ ਕਿਉਂਕਿ ਜਿਹੜੀ ਹੁਣ ਵਰਨਾ ਆਈ ਉਹ ਜਮਾਂ ਹੀ ਏ ਟੂ ਜੈਡ ਡਿਫਰੈਂਟ ਆ ਮਤਲਬ ਜਮਾਂ ਹੀ ਫਿਊਚਰਿਸਟਿਕ ਜਿਹਾ ਡਿਜ਼ਾਈਨ ਕਰਤਾ ਉਹਨਾਂ ਨੇ ਜਿਵੇਂ ਕੈਨੇਡਾ ਵਿੱਚ ਕਈ ਲੋਕ ਲੈਂਦੇ ਆ ਲੰਤਰਾ ਜਮਾਂ ਹੁੰਦੇ ਵਰਗੀ ਕਰਤੀ ਹੁਣ ਉਹਨਾਂ ਨੇ ਵਰਨਾ ਉਹ ਵੀ ਜਾ ਕੇ ਦੇਖ ਕੇ ਆਉਣੀ ਆਪਾਂ ਪ੍ਰੋਪਰ ਤੇ ਯਾਰ ਦੇਖਦੇ ਆ ਆਪਾਂ ਇੱਕ ਤਾਂ ਯਾਰ ਬਿੱਲੀ ਨੂੰ ਦਵਾ ਦਾਂਗੇ ਬੁੱਟਰ ਲੈਣੀ ਆ ਓਏ ਗਿਫਟ ਕਰੀਦਾ ਗਿਫਟ ਨਹੀਂ ਤਾਂ ਉਦਾਂ ਲੈ ਲਈ ਚੱਕਰ ਨਹੀਂ ਤੂੰ ਗਿਫਟ ਕਰਦੇ ਯਾਰ ਬੋਲਣਾ ਬੋਲ ਨਹੀਂ ਰਿਹਾ ਕੀ ਕਹਿ ਰਿਹਾ ਬਾਕੀ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਆਪਣੇ ਤੋਂ ਕੋਈ ਵੀ ਕੰਮ ਨਹੀਂ ਸਹੀ ਤਰ੍ਹਾਂ ਹੋ ਰਿਹਾ ਸੀਗਾ ਮਤਲਬ ਗੱਡੀ ਦਾ ਕੈਮਰਾ ਵੀ ਨਹੀਂ ਲੱਗਿਆ ਸ਼ਾਪਿੰਗ ਵੀ ਨਹੀਂ ਹੋਈ ਕਿਉਂਕਿ ਸਮਾਨ ਆਇਆ ਹੀ ਨਹੀਂ ਸੀਗਾ ਤਾਂ ਕਰਕੇ ਅੱਜ ਆਪਾਂ ਲੁਧਿਆਣੇ ਨਹੀਂ ਚੱਲੇ ਅੱਜ ਆਪਾਂ ਤੇਰੀ ਦੀ ਵਾਹਿਗੁਰੂ ਵਾਹਿਗੁਰੂ ਅੱਜ ਆਪਾਂ ਲੁਧਿਆਣੇ ਨਹੀਂ ਚੱਲੇ ਅੱਜ ਆਪਾਂ ਚੱਲੇ ਹਾਂ ਜਲੰਧਰ ਉੱਥੇ ਜਾ ਕੇ ਸ਼ਾਪਿੰਗ ਕਰਕੇ ਆਉਂਦੇ ਹਾਂ ਉੱਥੇ ਕਿਤੇ ਜਾਂਦੇ ਹਾਂ ਕਿਸੇ ਵਧੀਆ ਥਾਂ 'ਤੇ ਉੱਥੇ ਫਿਰ ਜਾ ਕੇ ਆਪਾਂ ਜਿਹੜਾ ਸੂਟ ਆ ਬੁੱਟਰ ਲਈ ਲੈ ਕੇ ਆਉਣਾ ਉਹ ਲੈ ਕੇ ਆਉਂਦੇ ਸੂਟ ਹੁੰਦਾ ਕੀ ਹੁੰਦਾ ਸ਼ੇਰਵਾਨੀ ਕਿਉਂਕਿ ਬੁੱਟਰ ਦਾ ਵਿਆਹ ਆ ਰਿਹਾ ਗਾਈਸ ਵਾਹ ਮੈਨੂੰ ਆਪ ਨੂੰ ਵੀ ਪਤਾ ਲੱਗਾ ਇਹਨਾਂ ਸਾਰੇ ਐ ਝੂਠ ਬੋਲਦੇ ਹੁੰਦੇ ਆ ਇਹਦਾ ਵੀ ਵਿਆਹ ਛੇਤੀ ਆ ਗਿਆ ਬਸ ਤੇ ਇਹਦਾ ਵੀ ਆ ਗਿਆ ਸਭ ਤੋਂ ਪਹਿਲਾਂ ਤੇਰਾ ਆਉਣਾ ਇਹਨਾਂ ਦੱਸਦਾ ਕੋਈ ਨਹੀਂਗਾ ਯਾਰ ਇੱਥੇ ਮੈਂ ਨਾ ਹਿਸਾਬ ਜਿਹਾ ਲਾਇਆ ਸਾਰਿਆਂ ਨੂੰ ਪਤਾ ਐ ਕਿ ਡਰ ਹੁੰਦਾ ਵੀ ਯਾਰ ਕੁੜੀਆਂ ਹਨ ਮੈਸੀ ਕਰਨ ਹੋਣਾ ਕਿਤੇ ਹਟ ਜਾਣ ਓਹੋ ਇਦਾਂ ਸਾਰਿਆਂ ਨੂੰ ਡਰ ਹੁੰਦਾ ਫੋਨ ਇਹਨੇ ਇੰਨੇ ਰੱਖੇ ਹੋਏ ਆ ਫੋਨ ਥੋੜੇ ਘੜੀ ਆ ਭਰਾਵਾ ਘੜੀ ਦੇ ਫੋਨ ਆ ਰਿਹਾ ਨਾ ਗੱਲ ਤਾਂ ਉੱਥੇ ਹੈ ਓਹੋ ਚਲੋ ਕੋਈ ਚੱਕਰ ਨਹੀਂ ਮੈਨੂੰ ਕੁੜੀ ਕਿਹਨੇ ਦੇਣੀ ਆ ਦੱਸ ਲੈ ਹੱਦ ਹੋ ਗਈ ਯਾਰ ਦੱਸ ਲੈ ਹੈ ਮੈਨੂੰ ਕੁੜੀ ਕਿਹਨੇ ਦੇ ਅਗਲਾ ਕਹਿੰਦਾ ਵੀ ਮੋਰਚਿਆਂ ਤੇ ਤੁਰਿਆ ਫਿਰਦਾ ਰਹਿੰਦਾ ਹੋਰ ਕਿਤੇ ਸਾਡੀ ਕੁੜੀ ਨੂੰ ਵੀ ਉੱਥੇ ਹੀ ਦਵੱਲੀ ਫਿਰੂ ਹੁਣ ਮੈਨੂੰ ਦੱਸ ਕਿਹਨੇ ਕੁੜੀ ਦੇਣੀ ਆ ਮੇਰਾ ਕੋਈ ਵਿਆਹ ਵੀ ਹੋਣੀ ਹੋਣਾ ਉਹਨਾਂ ਨੂੰ ਐ ਹੋਣਾ ਜਾਮ ਦਾ ਲੜੂਗਾ ਆਪਦੀ ਘਰ ਵਾਲੀ ਨਾਲ ਬਹਿਸ ਬਾਜ਼ੀ ਹੋਊਗੀ ਜੇ ਇਹ ਲੜ ਪਿਆ ਨਾ ਇਹਨੇ ਗੇਟ ਪੂਰੇ ਧਰਨਾ ਲਾ ਲੈਣਾ ਇਹਨੇ ਗੇਟ ਪੂਰੇ ਧਰਨਾ ਲਾ ਲੈਣਾ ਹਮਾਰੀ ਮਾਂਗੇ ਪੂਰੀ ਕਰੋ ਇਹਨੇ ਪੱਕਾ ਝੰਡਾ ਇੱਕ ਸਾਈਡ ਤੇ ਰੱਖ ਲਿਆ ਕਰਨਾ ਝੰਡਾ ਲੈ ਕੇ ਬਹਿ ਜਾ ਕਰ ਫਿਰ ਮੋਰਚਾ ਫੱਤੇ ਕਰਨ ਲਈ ਘਰ ਦੇ ਦੇ ਗਵਾਹੀ ਪਾਉਣੀ ਪੈਣੀ ਕਰਨੀ ਆ ਤਾਂ ਕਰਕੇ ਬਾਕੀ ਬੁੱਟਰ ਦਾ ਚਲੋ ਕੰਮ ਸਹੀ ਆ ਬੁੱਟਰ ਹੁਣ ਜਲਦੀ ਜਲਦੀ ਵਿਆਹ ਕਰਾਊਗਾ ਤੇ ਆਪਾਂ ਭੰਗੜੇ ਭੰਗੜੇ ਪਾਈਏ ਇਹਦੇ ਵਿਆਹ ਤੇ ਯਾਰ ਮੈਨੂੰ ਤਾਂ ਬਾਹਲਾ ਜ਼ਿਆਦਾ ਚਾਹ ਆ ਬਾਅਦ ਜਲਦੀ ਜਲਦੀ ਇਹਨੂੰ ਕਿਹਾ ਵਿਆਹ ਕਰਾ ਲਾ ਬਸ ਕਰਾਉਂਦੇ ਤੂੰ ਕਹਿੰਦਾ ਕਰਾ ਲੈਂਦੇ ਤੇ ਮੈਨੂੰ ਇਹ ਆ ਕਿ ਮੇਰੀ ਇੰਗੇਜਮੈਂਟ ਤੇ ਦੋਵੇਂ ਜੀ ਹੋਣ ਹੁਣ ਬਸ ਆਪਾਂ ਚੱਲਦੇ ਆ ਇੱਕ ਤਾਂ ਆਪਾਂ ਵਰਨਾ ਦੇਖਣੀ ਆ ਤੇ ਬਾਅਦ ਚੋਂ ਆਪਾਂ ਲੈ ਕੇ ਆਉਣੇ ਆ ਬਾਬਾ ਸਾਰੇ ਕੱਪੜੇ ਲੀੜੇ ਆਪਣੇ ਕੋਲੇ ਹੈ ਨਹੀਂ ਇੰਗੇਜਮੈਂਟ ਤੇ ਯਾਰ ਕਈ ਤਾਂ ਚਲੋ ਪੈਂਟ ਸ਼ਰਟ ਪਾ ਲੈਂਦੇ ਆ ਪਰ ਮੈਨੂੰ ਇਹ ਆ ਕਿ ਬਹੁਤ ਟਾਈਮ ਦਾ ਆਪਾਂ ਨਾ ਕੋਈ ਫਾਰਮਲ ਨਹੀਂ ਪਾਇਆ ਤਾਂ ਫਾਰਮਲ ਜਿਹਾ ਟਰਾਈ ਕਰੀਏ ਜਿਹਦੇ ਨਾਲ ਮਤਲਬ ਥੋੜੀ ਲੁੱਕ ਵਧੀਆ ਆਵੇ ਕਿਉਂਕਿ ਪੈਂਟ ਕੋਟ ਮਤਲਬ ਹੋਰ ਚਲੋ ਫਾਰਮਲ ਹੋਰ ਭਰਾਵਾ ਕੀ ਸ਼ੇਰਵਾਨੀ ਹੋਣੀ ਆ ਤਾਂ ਚਲੋ ਦੇਖਾਂਗੇ ਆਪਾਂ ਨੂੰ ਕੀ ਪਸੰਦ ਆਉਂਦਾ ਤੁਹਾਨੂੰ ਦਿਖਾਉਂਦੇ ਹਾਂ ਵੀ ਆ ਘਰੇ ਜਾ ਕੇ ਵੀ ਕਿਹੜਾ ਮੈਂ ਪੈਂਟ ਕੋਟ ਲਿਆ ਦਿਖਾਵਾਂਗੇ ਯਾਰ ਇੰਗੇਜਮੈਂਟ ਵਾਲੇ ਦਿਨ ਹੀ ਦਿਖਾਵਾਂ ਇੰਗੇਜਮੈਂਟ ਵਾਲੇ ਦਿਨ ਹੀ ਦਿਖਾਈ ਉਹਦੀ ਦਿਖਾਵਾਂ ਬਾਕੀ ਕੀ ਪਤਾ ਦਿਲ ਦਾ ਦਿਖਾ ਵੀ ਸਕਦਾ ਬਾਕੀ ਦਿਖਾ ਵੀ ਦਵਾਂਗੇ ਸੋਚਦੇ ਆ ਅੱਗੇ ਜਾ ਕੇ ਬਾਕੀ ਵਲੌਗ ਨੂੰ ਪੂਰਾ ਦੇਖਿਆ ਕਰੋ ਤੁਸੀਂ ਪੂਰਾ ਨਹੀਂ ਦੇਖਦੇ ਵਲੌਗ ਨੂੰ ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਤੁਸੀਂ ਸਕਿਪ ਕਰ ਦਿੰਦੇ ਯਾਰ ਗੱਲਾਂ ਬਾਤਾਂ ਬਹੁਤ ਜ਼ਰੂਰੀ ਮੈਂ ਕਰਦਾ ਉਹਨਾਂ ਵਿੱਚ ਬਾਕੀ ਕਈ ਸਬਸਕ੍ਰਾਈਬ ਵੀ ਨਹੀਂ ਕਰਦੇ ਯਾਰ ਮਤਲਬ ਵਲੌਗ ਦੇਖ ਕੇ ਚਲੇ ਜਾਂਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਤਾਂ ਸਬਸਕ੍ਰਾਈਬ ਕਰਿਆ ਕਰੋ ਯਾਰ ਸਾਨੂੰ ਪਤਾ ਲੱਗ ਜਾਂਦਾ
पता नहीं हम क्यों खड़े है इतने दिमाग खराब करी जाते हैं यार। आ दिया मैडम जी फिर पेटीएम करा ला जा साइड ते दा लवा दे गड्डी इत्थे सानू खड़ाया बचाले। ओ यार चक के साइड ते खड़ा ला यार। देखो आ काम है इत्थे दिमाग खराब करी जाने पिछे क्यों जाम लवाएगा इत्थे मूरे खड़ा लेने आ। फिर रोकूंगा कि घंटा हो गया खड़े नु इत्थे साइड ते दा लवा दे फिर ओ हॉर्न मरी जांदे आ पिछे। साइड ते लवा ला यार बाबे मेरी गल सुन ला। ਉਹ ਸਾਈਡ ਤੇ ਤਾਂ ਲਵਾ ਸਕਦਾ ਗੱਡੀ ਲੱਗ ਵੀ ਜਿਹੜੇ ਪਿੱਛੇ ਖੜੇ ਆ ਉਹਨੂੰ ਕਿੰਨੀ ਅਗਲੇ ਨੂੰ ਐਮਰਜੈਂਸੀ ਹੋ ਸਕਦੀ ਹੈ ਤੁਹਾਡਾ ਦਿਮਾਗ ਹੈ ਨਹੀਂ ਆ ਦੇਖ ਲਓ ਹੁਣ ਟੋਲ ਵਾਲੇ ਇਹ ਵੀ ਇੱਥੇ ਇੱਕ ਪਿੱਛੇ ਐਮਰਜੈਂਸੀ ਹੋਵੇ ਵੀ ਇਹਨਾਂ ਨੂੰ ਕਹਿਣੇ ਪੈਸੇ ਦੇ ਦਿੰਨੇ ਆ ਤੁਹਾਨੂੰ ਚਲੋ ਆਪਣੇ ਚ ਜਿਹੜਾ ਸਟicker ਜਿਹਾ ਲੱਗਿਆ ਹੁੰਦਾ ਹੈ ਜੇ ਪੈਸੇ ਹੈ ਨਹੀਂ ਸੀ ਕਹਿੰਦਾ ਵੀ ਇਹ ਚ ਤੁਹਾਡੇ ਪੈਸੇ ਨਹੀਂ ਹੈਗੇ ਮੈਂ ਕਿਹਾ ਕੋਈ ਗੱਲ ਨਹੀਂ ਤੈਨੂੰ ਗੂਗਲ ਪੇ ਕਰ ਦਿੰਨਾ ਮੇਰੀ ਗੱਡੀ ਸਾਈਡ ਤੇ ਲਵਾ ਦੇ ਟਾਈਮ ਘੱਟੋ ਘੱਟ 3-4 ਮਿੰਟ ਮੈਨੂੰ ਲੱਗਦਾ ਕੀ ਕਸੂਰ ਆ ਵੀ ਉਹਨਾਂ ਨੂੰ ਤਾਂ ਨਿਗਾ ਦਿਆ ਵੀ ਮੇਰੀ ਗੱਡੀ ਸਾਈਡ ਤੇ ਲਵਾ ਲਾ ਮੈਂ ਤੈਨੂੰ ਗੂਗਲ ਪੇ ਕਰ ਦਿੰਦਾ ਪੈਸੇ। ਇੰਨੇ ਕੁ ਜ਼ਿਆਦਾ ਹਰਾਮੀ ਬੰਦੇ ਆ ਇਹ ਸਾਲੇ ਗੱਡੀ ਨੀ ਮਾਂ ਦੇ ਪੁੱਤ ਨੇ ਸਾਈਡ ਤੇ ਲਵਾਈ ਉੱਥੇ ਹੀ ਮੇਰੇ ਨਾਲ ਬੈਸੀ ਗਿਆ ਵੀ ਸਾਲੇ ਜ਼ਿਆਦਾ ਤੈਨੂੰ ਅਸੀਂ ਕਹਿੰਦੇ ਹੋਈਏ ਵੀ ਤੈਨੂੰ ਨਹੀਂ ਕੋਈ ਪੈਸਾ ਦੇਣਾ ਮਾੜੀ ਮੋਟੀ ਜਿਹੜੇ ਇੱਥੇ ਲਾਏ ਹੋਏ ਆ ਤੁਸੀਂ ਆਹ ਤਨਖਾਹਾਂ ਤੇ ਇਹਨਾਂ ਨੂੰ ਮਾੜੀ ਮੋਟੀ ਮੱਤ ਦੇ ਦਿਓ ਇਹਨਾਂ ਨੂੰ ਵੀ ਐਮਰਜੈਂਸੀ ਹੁੰਦੀ ਆ ਕਈ ਵਾਰ ਬੰਦੇ ਨੂੰ ਵੀ ਘੱਟੋ ਘੱਟ ਗੱਡੀ ਦਾ ਸਾਈਡ ਤੇ ਲਵਾ ਦੇਵੇ ਬੰਦਾ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਮੈਂ ਖੱਜਲ ਕੀਤਾ ਮਾੜਾ ਮੋਟਾ ਬੋਲਿਆ ਫਿਰ ਉਹਨੇ ਗੱਡੀ ਸਾਈਡ ਤੇ ਲਵਾਈ ਫਿਰ ਉਹਨੂੰ ਗੂਗਲ ਪੇ ਕੀਤਾ ਮੈਂ 300 ਰੁਪਈਆ ਜਿੰਦਗੀ ਦੇ ਨਾਲ ਵੱਧ ਕੁਛ ਹੁੰਦਾ ਸਿਰਫ ਪੈਸਾ ਮੁੱਖ ਬਣਾਇਆ ਹੋਇਆ ਇੱਥੇ ਕਿਹੜੀ ਐਂਬੂਲੈਂਸ ਖੜਾਈ ਆ ਇਹਨਾਂ ਨੇ ਕੀ ਸੁਵਿਧਾ ਦਿੱਤੀ ਆ ਰਾਤ ਨੂੰ ਆ ਚੱਲਦੀਆਂ ਨੇ ਲਾਈਟਾਂ ਜਿਹੜੀਆਂ ਲਾਈਆਂ ਨੇ 300-400 ਰੁਪਈਆ ਪਰਚੀ ਦਾ ਕੱਟ ਲੈਂਦੇ ਆ ਹੁਣ ਪਰਚੀ ਦਾ ਅਸੀਂ ਫਿਰ ਵੀ ਦੇ ਕੇ ਆਏ ਆ ਜੇ ਪੈਸਿਆਂ ਨੂੰ ਜਵਾਬ ਦਿੰਦੇ ਹੋਈਏ ਫਿਰ ਇਹ ਸਾਨੂੰ ਰੋਕਦੇ ਸੋਹਣੇ ਲੱਗਦੇ ਸੀ ਸਿਰਫ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਪੈਸੇ ਦੇ ਦਿੰਦੇ ਆ ਪਰਚੀ ਕਟਾ ਦਿੰਦੇ ਆ ਗੱਡੀ ਸਾਈਡ ਤੇ ਲਵਾ ਦੇ ਪਿਛਲਿਆਂ ਨੂੰ ਤੰਗ ਨਾ ਕਰ ਬਸ ਯਾਰ ਐਂ ਬਾਬਾ ਤਮਾਸ਼ੀ ਆਪਦੇ ਨਹੀਂ ਦਿਖਾਉਂਦੇ ਆ ਇਹ ਵੀ ਬਾਕੀ ਪੇਸ਼ੈਂਟ ਵਗੈਰਾ ਦਾ ਸਿਸਟਮ ਹੀ ਹੁੰਦਾ ਹਨਾ ਚਲੋ ਯਾਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਕਹਿੰਦੇ ਕਿਤੇ ਜਾਣਾ ਹੁੰਦਾ ਐਮਰਜੈਂਸੀ ਸਾਡੇ ਕਰਕੇ ਉਹ ਥੋੜ੍ਹੀਆਂ ਵੀ ਖੱਜਲ ਹੋਣਗੇ ਅਗਲੇ ਸਾਨੂੰ ਗਾਲਾਂ ਕੱਢਦੇ ਹੋਣਗੇ ਵੀ ਇਹ ਪਤਾ ਨਹੀਂ ਕੀ ਕਰੀ ਜਾਂਦਾ ਅੱਗੇ ਖੜੇ ਚਲੋ ਕੋਈ ਨਹੀਂ ਹੁਣ ਆਪਾਂ ਯਾਰ ਮਤਲਬ ਮੂਡ ਜਿਹਾ ਥੋੜ੍ਹਾ ਖਰਾਬ ਜਿਹਾ ਹੀ ਹੋ ਗਿਆ ਪਰ ਕੋਈ ਨਹੀਂ ਹੁਣ ਸਿੱਧਾ ਜਾ ਕੇ ਸ਼ੋਪਿੰਗ ਕਰਦੇ ਹਾਂ ਅਤੇ ਮੂਡ ਸੈੱਟ ਕਰੀਏ ਪੂਰਾ। ਅੱਗੇ ਜਾਂ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਕਿ ਗਾਇਸ IPL ਸਿਰਫ ਦੇਖੋ ਹੀ ਨਹੀਂ ਬਲਕਿ ਆਪਣੇ ਓਪੀਨੀਅਨਸ ਦੇ ਕੇ ਕਾਫੀ ਸਾਰੇ ਪ੍ਰਾਈਜ਼ ਵੀ ਜਿੱਤੋ ਉਹ ਵੀ ਲੋਟਸ 365.in ਤੇ। ਇੱਥੇ ਕਾਫੀ ਸਾਰੇ ਕੁਐਸਚਨ ਹੋਣਗੇ ਜਿਵੇਂ ਕਿ ਯਾਰ ਟੌਸ ਕੌਣ ਜਿੱਤੂਗਾ ਮੈਚ ਕੌਣ ਜਿੱਤੂਗਾ ਅਤੇ ਗਾਇਸ ਇਸ ਤਰ੍ਹਾਂ ਦੇ 50 ਤੋਂ ਵੱਧ ਕੁਐਸਚਨ ਹੋਣਗੇ ਜਿਨ੍ਹਾਂ ਨੂੰ ਤੁਸੀਂ ਖੇਡ ਕੇ ਜਿਨ੍ਹਾਂ ਦੇ ਆਨਸਰ ਦੇ ਕੇ ਤੁਸੀਂ ਮਤਲਬ ਜਿੱਤ ਸਕਦੇ ਹੋ ਪ੍ਰਾਈਜ਼। ਇੱਥੇ ਕਾਫੀ ਸਾਰੇ ਕੁਐਸਚਨ ਹੋਣਗੇ ਜਿਵੇਂ ਕਿ ਯਾਰ ਟੌਸ ਕੌਣ ਜਿੱਤੂਗਾ ਮੈਚ ਕੌਣ ਜਿੱਤੂਗਾ ਅਤੇ ਇਦਾਂ ਦੇ 50 ਤੋਂ ਵੱਧ ਕੁਐਸਚਨ ਹੋਣਗੇ ਅਤੇ ਇਹ ਕੁਐਸਚਨ ਵਿੱਚ ਆਪਣੇ ਓਪੀਨੀਅਨ ਦੇ ਕੇ ਤੁਸੀਂ ਕਾਫੀ ਸਾਰੇ ਪ੍ਰਾਈਜ਼ ਜਿੱਤ ਸਕਦੇ ਹੋ। ਲੋਟਸ 365 ਤੇ ਰਜਿਸਟਰ ਕਰਦੇ ਤੁਹਾਨੂੰ ਮਿਲ ਜੂਗਾ 365 ਰੁਪੀਸ ਦਾ ਬੋਨਸ। ਇੱਥੇ ਤੁਹਾਨੂੰ ਮਿਲਦਾ ਗਾਇਸ 1/1 24 hour ਦਾ ਕਸਟਮਰ ਸਪੋਰਟ। ਇੱਥੇ ਖੇਲਦੇ 10 million ਤੋਂ ਵੀ ਜ਼ਿਆਦਾ ਯੂਜ਼ਰਸ। ਇੱਥੇ ਕ੍ਰਿਕਟ ਤੋਂ ਇਲਾਵਾ ਵੀ 200+ ਕੁਐਸਚਨਸ ਆ ਜਿੱਥੇ ਤੁਸੀਂ ਆਪਣੇ ਓਪੀਨੀਅਨ ਦੇ ਕੇ ਜਿੱਤ ਸਕਦੇ ਹੋ ਪ੍ਰਾਈਜ਼ਸ। ਨਵਾਜ਼ੁਦੀਨ ਸਿੱਦੀਕੀ ਤੇ ਗਾਇਸ ਸੁਨੀਲ ਸ਼ੇਟੀ ਵਰਗੇ ਦੇ ਵੱਡੇ ਵੱਡੇ ਬ੍ਰਾਂਡ ਐਂਬੈਸਡਰਸ ਨੇ ਤਾਂ ਬਿਲਕੁਲ ਵੀ ਦੇਰ ਨਾ ਕਰੋ ਹੁਣੇ ਜਾ ਕੇ ਰਜਿਸਟਰ ਕਰੋ lotus365.in ਤੇ। ਲਿੰਕ ਇਨ ਡਿਸਕ੍ਰਿਪਸ਼ਨ ਬਾਕਸ। ਚਲੋ ਹੁਣ ਆਪਾਂ ਵੀਡੀਓ ਦੀ ਹੋਰ ਵੱਧਦੇ ਹਾਂ। ਮੁੰਡੇ ਭਾਈ ਰਿਲੇਟ ਜ਼ਰੂਰ ਕਰ ਸਕਦੇ ਆ ਜਿਹੜੀਆਂ ਆਹ ਚੋਕਲੇਟਾਂ ਹੁੰਦੀਆਂ ਨੇ ਇਹ ਜ਼ਿੰਦਗੀ 'ਚ ਆਪ ਨਾ ਮੁੰਡੇ 5 ਰੁਪਏ ਦੀ ਲੈ ਕੇ ਵੀ ਨਹੀਂ ਖਾਂਦੇ ਮਤਲਬ 5 ਰੁਪਏ ਦੀ 10 ਰੁਪਏ ਦੀ ਪਰ ਆਪਣੀਆਂ ਸਹੇਲੀਆਂ ਨੂੰ 100, 200, 150 ਇਹ ਬਾਕੀ ਬੁੱਟਰ ਨੂੰ ਜ਼ਿਆਦਾ ਪਤਾ ਹੋਣਾ ਭਰਾਵਾ ਆਪ ਖਾਂਦੇ ਆ ਮਸਾਂ ਮਿਲੀ ਜਾਣ।
ਅੱਛਾ ਇਹਨੂੰ ਵੀ ਮਸਾ ਮਿਲੀ ਆ ਸਮਝ ਗਏ ਬੰਦੇ ਨੂੰ ਕਿਹੜਾ ਪੈਸੇ ਆ ਮਿਲੀ ਆ ਅਗੇ ਤਾਂ ਮਿਲੀ ਐਵ ਨਹੀਂ ਲਈ ਨਹੀਂ ਕਿ ਤੋ ਮਿਲੀ ਆ ਸਾ ਤਾਂ ਦੂਰ ਹੈ ਰੈਪਰ ਤੇਰੇ ਹੱਥੇ ਫੜੇ ਮੈਂ ਤੇ ਤੋ ਖੋਈ ਆ ਕੀ ਕਹਾਂ ਹੁਣ ਇਹਨੂੰ ਮੈਂ ਯਾਰ ਝੂਠੇ ਦੋਸ਼ ਲੱਗਦੇ ਨੇ ਫੱਕਰਾਂ ਦੇ ਕੋਈ ਚੱਕਰ ਨਹੀਂ ਬਾਕੀ ਸਵਾਦ ਆ ਪਤਾ ਨਹੀਂ ਯਾਰ ਕੀ ਚੱਕਰ ਪਿਆ ਹੋਇਆ ਮਤਲਬ ਨਾ ਕੁਛ ਨਾ ਕੁਛ ਹੋ ਹੀ ਜਾਂਦਾ ਜਿਵੇਂ ਪਹਿਲਾਂ ਤੁਸੀਂ ਆਹ ਦੇਖੋ ਕਿੰਨੀ ਗੰਦੀ ਹੋਈ ਪਈ ਆ ਹੁਣ ਅਸੀਂ ਜਾਣਾ ਜੀ ਸ਼ੋਪਿੰਗ ਕਰਨ ਅਤੇ ਉੱਥੇ ਮਾੜਾ ਮੋਟਾ ਅਸੀਂ ਦੇਖ ਕੇ ਆ ਗਏ ਸੀਗੇ ਵੀ ਕਿਹੜਾ ਆਪਾਂ ਨੂੰ ਕੋਟ ਪੈਂਟ ਚਾਹੀਦਾ ਕਿਹੜੀ ਆਪਾਂ ਨੂੰ ਟਾਈ ਚਾਹੀਦੀ ਆ ਜਾਂ ਕੀ ਹੈ ਨਾ ਹੋਰ ਸਮਾਨ ਚਾਹੀਦਾ ਜੁੱਤੀ ਵਗੈਰਾ ਸਾਰਾ ਕੁਛ ਪਰ ਚੱਕਰ ਫਿਰ ਉਹੀ ਸਲੈਕਟ ਹੀ ਨਹੀਂ ਕਰਦਾ ਬਹੁਤ ਟਾਈਮ ਹੋ ਗਿਆ ਉਹਨੂੰ ਘੱਟੋ ਘੱਟ ਘੰਟਾ ਡੇਢ ਘੰਟਾ ਇਹਨੇ ਸਲੈਕਟ ਤੇ ਹੀ ਲਾਤਾ ਹਜੇ ਉਹਨੂੰ ਪਸੰਦ ਹੀ ਨਹੀਂ ਆਉਂਦਾ ਕੁਛ ਇੱਦਾਂ ਦੀ ਇਹਦੀ ਪਸੰਦ ਆ ਪਹਿਲੀ ਵਾਰੀ ਹੋ ਰਿਹਾ ਇੱਦਾਂ ਦਾ ਕੁਛ ਮਤਲਬ ਚਲੋ ਬਾਕੀ ਹੋਣਾ ਵੀ ਚਾਹੀਦਾ ਇੰਗੇਜਮੈਂਟ ਆ ਸੋਹਣਾ ਲੱਗੇ ਮੁੰਡਾ ਪਹਿਲੀ ਵਾਰੀ ਹੋ ਰਿਹਾ ਸਾਰਾ ਕੁਛ ਮਤਲਬ ਕਲਰ ਜਿਹੜਾ ਮੈਂ ਭਾਲਦਾ ਉਹ ਨਹੀਂ ਮਿਲ ਰਿਹਾ ਯਾਰ ਤੁਸੀਂ ਸਮਝ ਗਏ ਨਹੀਂ ਦੱਸਿਆ ਤਾਂ ਹੈ ਨਹੀਂ ਕਿਹੜਾ ਕਲਰ ਚਾਹੀਦਾ ਸਮਝਣਗੇ ਕਿਵੇਂ ਹੁਣ ਦਿਖਾਊਂਗਾ ਮੈਂ ਇੱਕ ਫੋਟੋ ਉਸ ਟਾਈਪ ਦਾ ਮੈਨੂੰ ਕੁਛ ਚਾਹੀਦਾ ਅਲੱਗ ਜਿਹਾ ਕਲਰ ਥੋੜ੍ਹਾ ਬੁੜਿਆ ਜਿਹਾ ਵਾਲਾ ਕਲਰ ਆ ਉਹ ਵੈਸੇ ਦੇਖਿਆ ਜਾਵੇ ਤਾਂ ਉੱਪਰ ਵਧੀਆ ਲੱਗਦਾ ਤੇਰੇ ਪਾਇਆ ਜਚੂਗਾ ਹਾਂ ਜਚੂਗਾ ਉਹ ਮੈਂ ਹਿਸਾਬ ਕਿਤਾਬ ਜਿਹਾ ਲਾ ਕੇ ਦੇਖਿਆ ਪਰ ਉਹ ਮਿਲ ਨਹੀਂ ਰਿਹਾ ਹਜੇ ਹੁਣ ਆਪਾਂ ਆਏ ਸੀ ਏਜੰਸੀ ਅਤੇ ਇੱਥੇ ਆਪਾਂ ਦੇਖਦੇ ਹਾਂ ਵਰਨਾ ਆ ਰਹੀ 2023 ਮਾਡਲ ਦੀ ਵਰਨਾ ਤੁਸੀਂ ਮਤਲਬ ਦੇਖ ਸਕਦੇ ਹੋ ਮਤਲਬ ਮੈਨੂੰ ਲੱਗਿਆ ਨਹੀਂ ਸੀ ਵੀਡੀਓ ਵਿੱਚ ਬਹੁਤ ਭੈੜੀ ਜਿਹੀ ਲੱਗਦੀ ਸੀ ਆਹ ਦੇਖੋ ਸਪੇਸ ਦੇਖੋ ਕਿੰਨੀ ਜ਼ਿਆਦਾ ਦੇਤੀ ਇਸ ਵਾਰੀ ਆਹ ਦੇਖੋ ਲਾਈਟਿੰਗ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਵਾਲੀ ਵਰਨਾ ਮਤਲਬ ਵਧੀਆ ਲੱਗੀ ਜਾਂ ਫਿਰ ਨਹੀਂ ਕਿਉਂਕਿ ਯਾਰ ਜਿਹੜੀ ਪਹਿਲਾਂ ਵਾਲੀ ਸੀਗੀ ਨਾ ਇਹਦੀ ਹੁਣ ਲੁੱਕ ਨਾ ਪੂਰੀ ਮਤਲਬ ਪ੍ਰੋਫੈਸ਼ਨਲ ਕਰਤੀ ਲਾਂਤਰਾ ਵਰਗੀ ਆਪਣੇ ਲਾਂਤਰਾ ਬਹੁਤ ਜ਼ਿਆਦਾ ਘੱਟ ਵਿਕਦੀ ਆ ਪਰ ਵਰਨਾ ਬਹੁਤ ਜ਼ਿਆਦਾ ਵਿਕਦੀ ਆ ਪਰ ਬਾਹਰਲੇ ਦੇਸ਼ਾਂ ਵਿੱਚ ਤਾਂ ਲਾਂਤਰਾ ਹੀ ਚੱਲਦੀ ਆ ਸਾਰੀ ਬਾਕੀ ਆਹ ਚੀਜ਼ ਦੇਖੋ ਇਹਦੀ ਲੋਗੋ ਪਹਿਲਾਂ ਵਿੱਚ ਹੀ ਆਉਂਦਾ ਸੀ ਹੁਣ ਉੱਪਰਲੇ ਪਾਸੇ ਕਰਤਾ ਇੱਥੇ ਤੁਹਾਨੂੰ ਮੈਂ ਸਹੀ ਦੱਸਾਂ ਜਦੋਂ ਇੱਕੋ ਦਮ ਦੇਖਦੇ ਹਾਂ ਗੱਡੀ ਨੂੰ ਤਾਂ ਉਦੋਂ ਵਧੀਆ ਨਹੀਂ ਲੱਗਦੀ ਭੋਰਾ ਵੀ ਪਰ ਜਦੋਂ ਹੌਲੀ ਹੌਲੀ ਦੇਖਦੇ ਹਾਂ ਫੇਰ ਜਾ ਕੇ ਭੋਰਾ ਵਧੀਆ ਲੱਗਣ ਲੱਗਦੀ ਆ ਤੁਹਾਨੂੰ ਇੱਕ ਵਾਰੀ ਅੰਦਰੋਂ ਦਿਖਾਉਂਦਾ ਮੈਂ ਕਿਵੇਂ ਹਾਂ ਚੱਕਰ ਮਤਲਬ ਡਰਾਈਵਰ ਦੇ ਹਿਸਾਬ ਨਾਲ ਬਣਾਈ ਹੋਈ ਆ ਔਨ ਕਰਿਓ ਵੀਰੇ ਡਿਸਪਲੇ ਆ ਦੇਖੋ ਇਹ ਟੇਢੀ ਜੀ ਲੱਗਦੀ ਜਿਵੇਂ ਨਾ ਜਿਵੇਂ ਡੈਸ਼ਬੋਰਡ ਨਹੀਂ ਪਤਾ ਕਿ ਟੇਢਾ ਨਹੀਂ ਹੈਗਾ ਇਹ ਨਾ ਬਣਾਇਆ ਹੋਇਆ ਡਰਾਈਵਰ ਦੇ ਹਿਸਾਬ ਨਾਲ ਕਿ ਡਰਾਈਵਰ ਨੂੰ ਆਹ ਡਿਸਪਲੇ ਦਿਖੇ ਜਿਹੜਾ ਇੱਧਰਲੇ ਪਾਸੇ ਬੰਦਾ ਬੈਠਾ ਉਹਨੂੰ ਸਪੇਸ ਜਿਹੜੀ ਆ ਜ਼ਿਆਦਾ ਮਿਲੇ ਆ ਪਤਾ ਕੀ ਸਿਸਟਮ ਆ ਵੀ ਇਹ ਟੇਢਾ ਲੱਗ ਰਿਹਾ ਇੱਥੋਂ ਦੇਖਣ ਨੂੰ ਜਿਵੇਂ ਉਹ ਟੇਢਾ ਇੱਧਰੋਂ ਆ ਸਿੱਧਾ ਜਿਹਾ ਪਰ ਇਹ ਫੀਚਰ ਹੀ ਹੋਣਾ ਹੋਰ ਚਲੋ ਕੀ ਕਹਿ ਸਕਦੇ ਹਾਂ ਬਟਨ ਵਿੱਚ ਦੇਤਾ ਹੈ ਅੱਛਾ ਆਹ ਲਾਈਟਾਂ ਵੀ ਲਾਤੀ ਇੱਥੇ ਦੇਖੋ ਇਹ ਆਪਾਂ ਉਹ ਵੀ ਲਵਾ ਸਕਦੇ ਹਾਂ ਤਾਂ 4-5 ਹਜ਼ਾਰ ਦੀਆਂ ਲੱਗ ਜਾਂਦੀਆਂ ਪਰ ਜਿਹੜੀਆਂ ਇਨਬਿਲਡ ਆ ਉਹ ਇਨਬਿਲਡ ਹੀ ਹੁੰਦੀਆਂ ਤੁਹਾਨੂੰ ਪਤਾ ਹੀ ਆ ਚੇਂਜ ਤਾਂ ਕਾਫੀ ਹੈ ਨਾ ਸਪੀਕਰ ਕਿਹੜੇ ਆ ਵੀਰੇ ਬੋਸ ਦੇ ਕੁਆਲਿਟੀ ਵੀ ਰੰਗ ਜੀ ਕੋ ਚੈੱਕ ਕਰ ਤੂੰ ਇਹਦੇ ਨੀਚੇ ਕਲਾਈਮੇਟ ਆ ਗਿਆ ਇਹ ਸਾਰੇ ਟੱਚ ਪੈਨਲ ਆ ਆਹ ਵਾਲੇ ਹਾਂਜੀ ਹੋਲ ਵੀ ਟੱਚ ਪੈਨਲ ਲੀ ਜਾਂਦੀ ਅਛਾ ਵੀ ਟੱਚ ਆ ਇਹ ਨਹੀਂ ਟੱਚ ਹੈ ਨਾ ਮੈਂ ਆਹ ਟੱਚ ਸਾਰੇ ਆ ਗਈਆਂ ਇਹਦੇ ਵਿੱਚ ਆ ਟੈਂਪਰੇਚਰ ਵਾਲਾ ਆ ਦੂਜਾ ਆ ਬਾਕੀ ਸਾਰੇ ਟੱਚ ਆ ਜਿਵੇਂ ਆ ਏਸੀ ਵਾਲਾ ਹੋ ਗਿਆ ਉਹੀ ਗੱਲ ਹੋ ਗਈ ਵੀ ਅਸੀਂ ਬਹੁਤ ਜ਼ਿਆਦਾ ਮਤਲਬ ਖੁਸ਼ ਆ ਗਈ ਪਿਛਲੇ ਸਾਲ ਆਪਾਂ ਨਹੀਂ ਲਈ ਗੱਡੀ ਕਿਉਂਕਿ ਪਿਛਲੇ ਸਾਲ ਆਪਾਂ ਜੇ ਲੈ ਲੈਂਦੇ ਤਾਂ ਆਹ ਜਿਹੜੇ ਫੀਚਰ ਨੇ ਨਾ ਇਹਨਾਂ ਨੂੰ ਦੇਖ ਦੇਖ ਕੇ ਮੌਤ ਹੀ ਆਉਣੀ ਸੀ ਬੁੱਟਰ ਲੈਣ ਲੱਗਾ ਇਹ ਵਾਲੀ ਗੱਡੀ ਬੁੱਟਰ ਬਹੁਤ ਬਹੁਤ ਕੰਗ੍ਰੈਟਸ ਤੈਨੂੰ ਯਾਰ ਵਲੌਗ ਬਣਾਵਾਂਗੇ ਫਿਰ ਲਵਾਂਗੇ ਇਹਦਾ ਕੀ ਮਤਲਬ ਸੋਚਾਂਗੇ ਫਿਰ ਵਲੌਗ ਬਣਾਵਾਂਗੇ ਅੱਛਾ ਮਤਲਬ ਦੱਸਾਂਗੇ ਆਪਦੇ ਵਲੌਗ ਵਿੱਚ ਯਾਰ ਮੈਨੂੰ ਆਹ ਹੈਵੀ ਕਿਉਂ ਲੱਗ ਰਹੀ ਆ ਪਹਿਲਾਂ ਨਾਲੋਂ ਅਤੇ ਅੰਦਰ ਵੀ ਯਾਰ ਜਿਹੜੀਆਂ ਸੀਟਾਂ ਨੇ ਨਾ ਉਹ ਬਹੁਤ ਜ਼ਿਆਦਾ ਮਤਲਬ ਲਗਜ਼ਰੀ ਚਲੋ ਬਾਹਲਾ ਜ਼ਿਆਦਾ ਅਲਟਰਾ ਆ ਜਾਂਦਾ ਚਲੋ ਬਹੁਤ ਵੱਡੀਆਂ ਗੱਡੀਆਂ ਵਿੱਚ ਪਰ ਉੱਦਾਂ ਇਹ ਪ੍ਰਾਈਜ਼ ਸੈਗਮੈਂਟ ਵਿੱਚ ਬਹੁਤ ਜ਼ਿਆਦਾ ਲਗਜ਼ਰੀ ਫੀਲ ਕਰਵਾਉਂਦੀਆਂ ਨੇ ਬੰਦੇ ਨੂੰ ਸੀਟਾਂ ਬਾਕੀ ਇਹ SX ਮਾਡਲ ਆ ਆਪਸ਼ਨਲ ਨਹੀਂ ਹੈਗਾ ਤਾਂ ਕਰਕੇ ਵੈਂਟੀਲੇਟਰ ਸੀਟਾਂ ਤਾਂ ਚਲੋ ਨਹੀਂ ਆਉਂਦੀਆਂ ਪਰ ਬਾਕੀ ਸਭ ਚੀਜ਼ਾਂ ਬਹੁਤ ਘੈਂਟ ਨੇ ਇੱਕ ਆਹ ਹੁਣ ਸਿੱਧਾ ਕਰਤਾ ਕੰਮ ਇਹਨਾਂ ਨੇ ਇੱਥੇ ਬਾਕੀ ਏਸੀ ਯੂਸ ਵਾਲਾ ਸਿਸਟਮ ਵੀ ਵਧੀਆ ਕੀਤਾ ਹੋਇਆ ਇੱਕ ਵਾਰੀ ਪਿੱਛੇ ਬਹਿ ਕੇ ਦੇਖਦੇ ਆਪਾਂ ਨੂੰ ਕਿਹੋ ਜਿਹਾ ਐਕਸਪੀਰੀਅੰਸ ਹੁੰਦਾ ਆਹ ਦੇਖੋ ਬਹੁਤ ਜ਼ਿਆਦਾ ਮਤਲਬ ਸਪੇਸ ਹੈ ਇੱਥੇ ਹਲੇ ਵੀ ਆਰਾਮ ਨਾਲ ਮੈਂ ਬੈਠਾ ਹੋਇਆ ਇੱਥੇ ਕੋਈ ਦਿੱਕਤ ਬਿਲਕੁਲ ਨਹੀਂ ਪਿੱਛੋਂ ਤੁਸੀਂ ਯਾਰ ਇੱਕ ਵਾਰੀ ਉੱਦਾਂ ਚੈੱਕ ਕਰੋ ਮੈਂ ਸਿਫਤ ਨਹੀਂ ਕਰ ਰਿਹਾ ਨਾ ਮੈਨੂੰ ਇਹਨਾਂ ਨੇ ਕੋਈ ਪੈਸਾ ਦਿੱਤਾ ਨਾ ਵਧੀਆ ਸਿਫਤ ਕਰਨ ਦਾ ਪਰ ਪਤਾ ਨਹੀਂ ਕਿਉਂ ਮੈਨੂੰ ਬਹਿ ਕੇ ਨਾ ਆਪ ਨੂੰ ਹੀ ਵਧੀਆ ਲੱਗ ਰਿਹਾ ਕਿਉਂਕਿ ਆਪਾਂ ਤੁਹਾਨੂੰ ਪਤਾ ਵਰਨਾ ਕਿੰਨੀ ਚਲਾਈ ਜਿਹੜੀ ਆਪਾਂ ਲਈ ਸੀ ਪਿੱਛੇ ਜੇ ਅਤੇ ਉਹ ਚਲਾਉਣ ਵਿੱਚ ਉਹਦੇ ਵਿੱਚ ਬਹਿਣ ਵਿੱਚ ਅਤੇ ਇੰਚ ਬਹਿਣ ਵਿੱਚ ਬਹੁਤ ਜ਼ਿਆਦਾ ਫਰਕ ਆ ਤਾਂ ਕਰਕੇ ਨਾ ਥੋੜ੍ਹਾ ਐਕਸਪੀਰੀਅੰਸ ਬਾਹਲਾ ਘੈਂਟ ਜਿਹਾ ਲੱਗਿਆ ਥੋੜ੍ਹਾ ਨਹੀਂ ਬਾਹਲਾ ਵਧੀਆ ਲੱਗਿਆ ਇੰਟੀਰੀਅਰ ਵੀ ਬਹੁਤ ਘੈਂਟ ਆ ਮਤਲਬ ਸਟੂਰੀਆਂ ਸਟੂਰੀਆਂ ਪਾਉਣ ਲਈ
ਪਹਿਲਾਂ ਤੁਸੀਂ ਦੇਖਿਆ ਹੀ ਹੋਣਾ ਚਲੋ ਉਹ ਥੋੜਾ i20 ਟਾਈਪ ਆ ਜਾਂਦਾ ਸੀਗਾ ਥੋੜਾ ਜਿਹਾ ਜ਼ਿਆਦਾ ਨਹੀਂ ਚਿਕਨ ਪੈਰਾ ਸਾਡੇ ਨਾਲ ਹੁਣ ਆਪਾਂ ਜਾ ਕੇ ਅਸੀਂ ਏਜੰਸੀ ਚ ਮਤਲਬ ਵਰਨਾ ਦੇਖ ਕੇ ਹੀ ਆਉਣੀ ਸੀ ਟੂ ਬੀ ਓਨੈਸਟ ਤੇ ਗੱਡੀ ਆਪਾਂ ਲੈਣੀ ਤਾਂ ਹੈ ਨਹੀਂ ਕਿਉਂਕਿ ਪੈਸੇ ਪੂਸੇ ਹੁਣ ਘੱਟ ਆ ਹੁਣ ਸੇਵ ਕਰ ਲਈਏ ਬਸ ਪੈਸੇ ਤੇ ਬੁੱਟਰ ਕਹਿ ਰਿਹਾ ਵੀ ਲੈਣੀ ਹੈ ਗੱਡੀ ਬਾਕੀ ਦੇਖੋ ਯਾਰ ਕੀ ਪੱਕਾ ਪੁੱਕਾ ਹੁੰਦਾ ਵੀ ਕੁਛ ਹੈ ਨਹੀਂ ਸਾਡੇ ਅਕਾਊਂਟਾਂ 'ਚ 150-150 ਰੁਪਈਏ ਮਸਾਂ ਹੋਣਾ ਅਤੇ ਅਸੀਂ ਗੱਲਾਂ ਲੱਖਾਂ ਦੇ ਕਰੀ ਜਾਂਦੇ ਫਿਲਹਾਲ ਕਰਨੀਆਂ ਚਾਹੀਦੀਆਂ ਕਿਉਂ ਵੀ ਫਿਰ ਹੀ ਆਉਣਗੇ ਲਾਅ ਆਫ ਅਟਰੈਕਸ਼ਨ ਵਰਤਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਹੁਣ ਵਿਆਹ ਸ਼ਾਦੀਆਂ ਹੋਣੀਆਂ ਨੇ ਤਾਂ ਪੈਸੇ ਪੂਸੇ ਬਚਾ ਲਈਏ ਯਾਰ ਗੱਡੀਆਂ ਗੁੱਡੀਆਂ 'ਤੇ ਬਾਅਦ ਲਾਉਂਦੇ ਫਿਰਾਂਗੇ ਕੋਈ ਨਹੀਂ ਵਿਆਹ ਸ਼ਾਦੀ ਹੋਣੀ ਆ ਸਿਰਫ ਇਹਦੀ ਹੋਣੀਆਂ ਨਹੀਂ ਬਸ ਮੰਨਦੇ ਨਹੀਂ ਯਾਰ ਇਹ ਹੋਰ ਤਾਂ ਕੋਈ ਗੱਲ ਨਹੀਂ ਉਹ ਜਦੋਂ ਹੋਣਾ ਹੀ ਨਹੀਂ ਮੈਂ ਉਈ ਹੈ ਸਿਆਪਾ ਪਈ ਜਾਵਾਂ ਗੱਲ ਆਪਦੇ ਪਹਿਲਾਂ ਦੱਸ ਸਿਆਪਾ ਗੱਲ ਦੇਖਿਆ ਸ਼ਰਤ ਲਾ ਲਓ ਸਭ ਤੋਂ ਪਹਿਲਾਂ ਇੱਦਾਂ ਹੀ ਹੋਣਾ ਦੇਖ ਲਿਓ ਮੇਰਾ ਹੈ ਦੇਖ ਲਓ ਤੇਰਾ ਜਾਂ ਬੁੱਟਰ ਦਾ ਹੋਊਗਾ ਤੇਰਾ ਚੱਲ ਫਿਰ ਵੀ ਮੈਂ ਕਹਿ ਨਹੀਂ ਸਕਦਾ ਬੁੱਟਰ ਦਾ ਤਾਂ ਬਸ ਤੇਰੇ ਤੋਂ ਪਹਿਲਾਂ ਥੋੜ੍ਹਾ ਟਾਈਮ ਹੀ ਹੈ ਹਾਂ ਗੱਡੀ 'ਚ ਗੈਰ ਹਾਜ਼ਰੀ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੁੱਟਰ ਤੋਂ ਮੈਨੂੰ ਇੱਕ ਡਰ ਲੱਗਦਾ ਵੀ ਕਿਤੇ ਹੁਣ ਮਿਰ ਜਾਣਾ ਬਣ ਜੇ ਉਹਨੇ ਪੱਟ ਪੜਵਾਇਆ ਸੀ ਇਹ ਸਾਲਾ ਕਿਤੇ ਤੁਸੀਂ ਸਮਝਦਾਰ ਹੀ ਹੋ ਸਾਰੇ ਸਿਰ ਨਾ ਪੜਵਾ ਲਵੇ ਹਾਂ ਤੇ ਹੋਰ ਕੀ ਤੁਸੀਂ ਕੀ ਸੋਚਿਆ ਏਦਾਂ ਨਾ ਸੋਚਿਆ ਯਾਰ ਬੁੱਟਰ ਬਾਰੇ ਚਿੱਟੀ ਚਟਨੀ ਜਿਵੇਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਮਤਲਬ ਲੋਕ ਜਾਣਨ ਉਹ ਵੀ ਬਹੁਤ ਛੇਤੀ ਹੋ ਗਿਆ 16-17 ਸਾਲ ਦੀ ਉਮਰ ਚ ਫਿਰ ਚਾਹੁੰਦੇ ਸੀ ਗੱਡੀ ਆ ਜਾਵੇ ਛੇਤੀ ਕੋਲੇ ਆਪਦੇ ਪੈਸਿਆਂ ਦੀ ਉਹ ਵੀ ਬਹੁਤ ਛੇਤੀ ਆ ਗਈ ਹੁਣ ਵਿਆਹ ਤਾਂ ਵੈਸੇ ਮੈਂ ਇੰਨਾ ਚਾਹੁੰਦਾ ਨਹੀਂ ਵੀ ਛੇਤੀ ਹੋ ਜਾਵੇ ਉਹ ਵੀ ਛੇਤੀ ਆ ਗਿਆ ਹਨਾ ਮਤਲਬ ਪੋਜ਼ਿਟਿਵ ਚੀਜ਼ਾਂ ਨਾ ਬਹੁਤ ਛੇਤੀ ਛੇਤੀ ਹੁੰਦੀਆਂ ਜ਼ਿੰਦਗੀ ਦੇ ਵਿੱਚ ਮਤਲਬ ਰੱਬ ਨਾ ਮੇਰੇ ਸ਼ੁਰੂ ਤੋਂ ਨਾਲ ਆ ਹਰੇਕ ਚੀਜ਼ ਦੇ ਵਿੱਚ ਜੋ ਮੈਂ ਚੀਜ਼ ਚਾਹੁੰਦਾ ਉਹ ਮੈਨੂੰ ਮਿਲ ਜਾਂਦੀ ਹੈ ਕਿਰਪਾ ਨਾਲ ਇਹਦੇ ਵਿੱਚ ਕੋਈ ਮਿਹਨਤ ਮੂਹਨਤ ਨਹੀਂ ਹੈਗੀ ਜੇ ਕੋਈ ਤੁਸੀਂ ਸੋਚਦੇ ਹੋ ਬਹੁਤ ਮਿਹਨਤ ਕਰਦੇ ਹਾਂ ਜੇ ਉਹ ਹੈ ਸਾਰਾ ਕੁਛ ਨਾ ਫਨ ਸ਼ਨ ਵਿੱਚ ਹੀ ਹੋ ਜਾਂਦਾ ਸੀ ਦੱਸਾਂ ਤਾਂ ਜੋ ਸਟਾਰਟ ਕੀਤਾ ਸੀ ਉਦੋਂ ਜ਼ਰੂਰ ਮਿਹਨਤ ਲੱਗਦੀ ਸੀ ਬਹੁਤ ਜ਼ਿਆਦਾ ਚਲੋ ਹੁਣ ਵੀ ਕਰਦੇ ਹਾਂ ਜਿੰਨੀ ਕੁ ਆਪਣੇ ਤੋਂ ਹੁੰਦੀ ਆ ਪਰ ਐਂ ਨਹੀਂ ਹੈਗੀ ਵੀ ਆਊਟ ਆਫ ਦਾ ਬੋਕਸ ਮਿਹਨਤ ਕਰੀ ਜਾਂਦੇ ਹਾਂ ਅਸੀਂ ਯਾਰ ਕਿਸਮਤ ਵੀ ਹੁੰਦੀ ਹੈ ਕਈ ਵਾਰੀ ਮਾਵਾਂ ਦੇ ਕੀਤੇ ਪਾਠ ਵੀ ਬੰਦੇ ਨੂੰ ਨਾ ਲਈ ਫਿਰਦੇ ਹੁੰਦੇ ਆ ਹੁਣ ਚਲੋ ਤੁਹਾਨੂੰ ਪਤਾ ਆਪਾਂ ਤਾਂ ਪਾਪੀ ਹਾਂ ਪਰ ਆਪਣੇ ਘਰਦਿਆਂ ਨੇ ਕਿਤੇ ਨਾ ਕਿਤੇ ਪਾਠ ਕੀਤੇ ਹੁੰਦੇ ਆ ਡੈਡੀਆਂ ਨੇ ਵਧੀਆ ਕਰਮ ਕੀਤੇ ਹੁੰਦੇ ਆ ਕਿਸੇ ਨਾਲ ਠੱਗੀ ਨਹੀਂ ਮਾਰੀ ਠੂਰੀ ਨਹੀਂ ਮਾਰੀ ਤਾਂ ਉਹ ਚੀਜ਼ਾਂ ਦਾ ਨਾ ਮੁੰਡਿਆਂ ਨੂੰ ਮਤਲਬ ਜਵਾਕਾਂ ਨੂੰ ਵਧੀਆ ਚੀਜ਼ ਮਿਲ ਜਾਂਦੀ ਆ ਰੱਬ ਵੱਲੋਂ ਮੈਨੂੰ ਲੱਗਦਾ ਇੱਦਾਂ ਬਾਕੀ ਦਾ ਸਿਆਣਾ ਜ਼ਿਆਦਾ ਹੋ ਗਿਆ ਮੀਟ ਖਾਂਦਾ ਖਾਂਦਾ ਅੱਜ ਇਹ ਮੈਂ ਗੱਲ ਸੁਣੀ ਸੀ ਯਾਰ ਕਿਸੇ ਵਧੀਆ ਬੰਦੇ ਤੋਂ ਨਹੀਂ ਕਿਹਾ ਸੀ ਰਾਤ ਤੂੰ ਨਹੀਂ ਕਿਹਾ ਸਾਲਿਆ ਮੇਥੋਂ ਬਿਨਾਂ ਕਦੇ ਤੂੰ ਚੰਗੀਆਂ ਗੱਲਾਂ ਕਰਦਾ ਦੱਸ ਐਂ ਕਿਉਂ ਚੱਕਦਾ ਗਾਰਾ ਹੀ ਬਣਾਦਾ ਸਾਰਾ ਚਿੱਟੀ ਜੜਨੀ ਦਾ ਉਹ ਤੇਰੀ ਕਹਾਣੀ ਕਰਤੀ ਜਮਾਂ ਉਹਦੀ ਦੇਖ ਲਓ ਯਾਰ ਸਹੀ ਦੱਸਾਂ ਨਾ ਤਾਂ ਹੁਣ ਆਪਾਂ ਲਾਈਫ 'ਚ ਸੈਟੀਸਫਾਈਡ ਹਾਂ ਜਿੰਨਾ ਕੁ ਹੈਗਾ ਪਰ ਹੋਣਾ ਨਹੀਂ ਚਾਹੀਦਾ ਬੰਦੇ ਨੂੰ ਲੋਕ ਆਪਾਂ ਨੂੰ ਕਹਿੰਦੇ ਜ਼ਰੂਰ ਆ ਕਿ ਜਿੰਨਾ ਕੁ ਹੈਗਾ ਖੁਸ਼ ਰਹੋ ਗਰੀਬੀ ਕੱਟਣੀ ਚਾਹੀਦੀ ਆ ਮਤਲਬ ਪੈਸੇ ਨਾਲ ਮੋਹ ਨਹੀਂ ਕਰਨਾ ਚਾਹੀਦਾ ਇਹ ਸਭ ਨਾ ਬੇਕਾਰ ਗੱਲਾਂ ਨੇ ਮੈਨੂੰ ਪਤਾ ਨਹੀਂ ਹੁਣ ਮੈਂ ਸਹੀ ਕਹਿ ਰਿਹਾ ਕਈਆਂ ਨੂੰ ਮਤਲਬ ਸਹੀ ਲੱਗਣੀ ਆ ਨਹੀਂ ਸਹੀ ਪਰ ਪੈਸੇ ਤੋਂ ਬਿਨਾਂ ਕੁਛ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਪੈਸਾ ਕਮਾਓ ਜਿੰਨਾ ਹੋ ਸਕੇ ਜਿਹੜੇ ਮੁੰਡੇ ਆ ਖਾਸ ਕਰਕੇ ਆਪਾਂ ਨੂੰ ਪੜ੍ਹਾਇਆ ਜਾਂਦਾ ਵੀ ਯਾਰ ਕੁੜੀਆਂ ਲਈ ਜ਼ਰੂਰੀ ਹੁੰਦਾ ਹੁਸਨ ਕੁੜੀਆਂ ਲਈ ਚਲੋ ਹਾਂ ਕਹਿ ਸਕਦੇ ਹਾਂ ਮੁੰਡਿਆਂ ਲਈ ਜ਼ਰੂਰੀ ਹੁੰਦਾ ਪੈਸਾ ਫਿਰ ਅੱਜ ਕੱਲ੍ਹ ਤਾਂ ਕੁੜੀਆਂ ਵੀ ਕਮਾਈ ਕਮੂਈ ਕਰ ਲੈਂਦੀਆਂ ਵਧੀਆ ਅੱਜ ਕੱਲ੍ਹ ਤਾਂ ਮੈਂ ਕੁੜੀਆਂ ਵੀ ਕਮਾਈ ਕਮੂਈ ਕਰਦੀਆਂ ਵਧੀਆ ਕਮਾਈ ਤਾਂ ਕਰ ਲੈਂਦੀਆਂ ਪਰ ਚਾਹੁੰਦੀਆਂ ਤਾਂ ਵੈਲ ਸੈਟਲਡ ਮੁੰਡਾ ਹੀ ਆ ਉਹ ਫਿਰ ਹੋਣਾ ਵੀ ਚਾਹੀਦਾ ਹੁਣ ਸਾਲਿਆ
ਆਪਾਂ ਭੜਕਦੇ ਫਿਰਾਂਗੇ ਵੀ ਉਹਨੂੰ ਕਿਵੇਂ ਸਾਂਭਾਂਗੇ। ਕੁੜੀ ਵੀ ਤਾਂ ਹੋਣੀ ਚਾਹੀਦੀ ਆ, ਕੁੜੀ 11ਵੀਂ ਫੇਲ ਹੁੰਦੀ ਆ, ਮੁੰਡਾ ਭਾਲਦੀ ਹੁੰਦੀ ਆ ਉਹ। ਹਾਂ ਵੀ ਜ਼ਮੀਨ ਵੀ ਵਧੀਆ ਹੋਵੇ, ਗੱਡੀਆਂ ਵੀ ਹੋਣ, ਇਹ ਗੱਲ ਦੀ ਜਮਾਂ ਸਹੀ ਆ, ਫੇਰ ਹੁੰਦੀ ਆ ਸਾਡੀ ਬਰਾਬਰ ਤਾਂ। ਪਰ ਇੱਦਾਂ ਯਾਰ ਵੀ ਲਵ ਮੈਰਿਜ ਵਿੱਚ ਬੰਦਾ ਚਲੋ ਆਪ ਪਸੰਦ ਕਰ ਲੈਂਦਾ, ਚਲੋ ਵਿਆਹ ਹੋ ਜਾਂਦਾ, ਅਰੇਂਜ ਮੈਰਿਜ ਵਿੱਚ ਨਾ ਪੂਰਾ ਟੱਬਰ ਲੱਭ ਲੱਭ ਕੇ ਲਿਆਉਂਦਾ ਕੁੜੀਆਂ, ਆਹ ਦੇਖੋ ਜੀ ਆਹ ਗੱਡੀਆਂ ਕਾਰਾਂ ਵਾਲੀਆਂ ਕੁੜੀਆਂ ਜੇ ਵੋ। ਆਪਾਂ ਖਿਲਾਫ ਹਾਂ ਉਸ ਚੀਜ਼ ਦੇ, ਚਲੋ ਪਹਿਲਾਂ ਹੀ ਦੱਸ ਗੱਡੀ ਕਾਰ ਵਾਲੀ ਨਾ ਲਈ ਭੈਣ ਜੀ, ਆਪ ਤਾਂ ਮਰਨਾ ਨਾਲੇ ਮਰੂ। ਚਲੋ ਆਪਾਂ ਬੁੱਟਰ ਨੂੰ ਪੁੱਛਦੇ ਆ ਇਹਦੀ ਕੀ ਰਾਏ ਆ ਇਹ ਸਭ ਚੀਜ਼ਾਂ ਦੇ। ਬੁੱਟਰ ਹਾਂਜੀ, ਤੈਨੂੰ ਕੀ ਲੱਗਦਾ ਜਦੋਂ ਲੋਕਾਂ ਨੂੰ ਰਿਸ਼ਤਾ ਕਰਨਾ ਚਾਹੀਦਾ ਕੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਮੁੰਡੇ ਵਿੱਚ? ਦਿਲ ਭੈਣਾ ਛਾਤੀ ਚੀਰ ਕੇ ਦੇਖਣ ਤੇਰੀ ਅੰਨੇ ਵੀ ਨਹੀਂ ਆਪਣਾ ਹੀ ਬੱਚਾ ਯਾਰ ਆਦਾ ਯਾਰ ਮੈਂ ਤਾਂ ਮੈਂ ਸਹੀ ਗੱਲਾਂ ਮੈਂ ਤਾਂ ਆ ਦੇਖਣਾ ਚਾਹੀਦਾ ਉਹ ਯਾਰ ਕਹੋ ਨਹੀਂ ਦੇਖਣਾ ਚਾਹੀਦਾ ਕੁੜੀ ਮੁੰਡੇ ਨੂੰ ਛੱਡੋ ਕੱਲਾ ਮਤ ਮਿਲਦੀ ਆ ਵਿਆਹ ਕਰ ਦੋ ਘਰ ਦੇ ਕਿਉਂ ਕੀ ਕਰਨਾ ਯਾਰ ਉਹਨਾਂ ਨੇ ਰਹਿਣਾ ਗਾ ਉਹਨਾਂ ਨੇ ਜਿਹਨੇ ਰਹਿਣਾ ਉਹਨਾਂ ਦੀ ਸਲਾਹ ਜ਼ਰੂਰੀ ਆ ਜ਼ਮੀਨ ਗੱਡੀਆਂ ਕੀ ਕਰਨੀ ਆ ਉਹ ਜ਼ਰੂਰੀ ਆ ਜ਼ਮੀਨ ਗੱਡੀ ਜ਼ਰੂਰੀ ਆ ਮਾੜਾ ਮੋਟਾ ਸਰਦਾ ਵਰਦਾ ਹੋਵੇ ਹੋਰ ਕਿਤੇ ਰੋਡ ਤੇ ਲੈ ਕੇ ਬਹਿ ਜਾਵੇ ਕਮਲਾ ਬਣਾ ਦੇਵੇ ਆ ਤੇ ਬਹਿ ਜਾ ਇੱਥੇ ਨਾਲ ਮੇਰੇ ਜ਼ਮੀਨ ਗੱਡੀਆਂ ਜ਼ਰੂਰੀ ਆ ਪਰ ਜੇ ਆਪਾਂ ਬਾਹਲਾ ਕਹੀਏ ਵੀ ਹੱਦ ਤੱਕ ਕੁੜੀ ਹੋਵੇ 11ਵੀਂ ਪਾਸ ਹੈ ਭਾਲੇ ਉਹ ਮੁੰਡਾ ਵੀ ਇੰਨਾ ਪੜ੍ਹਿਆ ਲਿਖਿਆ ਹੋਵੇ ਇੰਨੀ ਜ਼ਮੀਨ ਜ਼ਿਆਦਾ ਫਲਾਨਾ ਧਿਆਉਂਕਾ ਇਹੋ ਜਿਹੀ ਹੋਣੀ ਚਾਹੀਦਾ ਉਹ ਤਾਂ ਪਤਾ ਹੀ ਹੈ ਦੋਨਾਂ ਦੀ ਬਰਾਬਰ ਔਕਾਤ ਹੋਣੀ ਚਾਹੀਦੀ ਇਹ ਗੱਲ ਜਮਾਂ ਸਹੀ ਆ ਬਰਾਬਰ ਬਰਾਬਰ ਹੋਣੇ ਚਾਹੀਦੇ ਸਾਰੇ ਕੁੜੀ ਕੁੜੀ ਜੇ ਬਾਹਲੀ ਅਮੀਰ ਹੋਵੇ ਤੇ ਮੁੰਡਾ ਆਪਣੇ ਵਰਗਾ ਹੋਵੇ ਘੁੱਗੂ ਜਿਹਾ ਮਦਦ ਕੀ ਕਰ ਦੇਵੇ ਤਾਨੇ ਤੂੰ ਆਪਾਂ ਨੀ ਤਾਨੇ ਤੂੰ ਸਹਿਣ ਵਾਲੇ ਉਹੀ ਤਾਂ ਗੱਲ ਆ ਕਈ ਹੁੰਦੇ ਆ ਸਾਡੇ ਥੱਲੇ ਲੱਗਣ ਵਾਲੇ ਆਪਾਂ ਤਾਂ ਕਹਾਂਗੇ ਜੇ ਭਾਜਾ ਤੂੰ ਆਪਦੇ ਜਹਾਜ਼ ਸਾਂਭ ਸਾਲੀ ਜੇ ਤਾਨੇ ਆਦੀ ਜਿਹੜੀ ਥੱਲੇ ਥੱਲੇ ਲੱਗਣਾ ਕਿਹਦਾ ਆਹ ਗੱਲ ਮੇਨ ਕਰਦਾ ਹੁਣ ਕਈ ਪਤਾ ਕੀ ਕਹਿਣਗੇ ਸੱਚੇ ਪਿਆਰ ਚ ਤਾਨੇ ਨੀ ਹੁੰਦੇ ਬਈ ਲੜਾਈ ਜਦੋਂ ਹੁੰਦੀ ਨਾ ਸੱਤਾ ਸੁੱਚਾ ਪਿਆਰ ਉਦੋਂ ਵੜ ਜਾਂਦਾ ਗਧੇ ਦੀ ਗੱਲ ਸਹੀ ਆ ਨਾ ਜਮਾ ਗੁੱਸਾ ਕਰਿਆ ਹੁੰਦਾ ਅਗਲੀ ਬੋਲ ਹੀ ਦਿੰਦੀ ਆ ਜਾਂ ਮੁੰਡਾ ਵੀ ਬੋਲ ਸਕਦਾ ਆਪਦੀ ਆਪਦੀ ਹੁੰਦੀ ਆ ਉਹ ਆਪਾਂ ਤਾਂ ਥੱਲੇ ਲੱਗ ਨਹੀਂ ਸਕਦੇ ਹਾਂ ਉਹ ਚੀਜ਼ ਕਹਿਣਾ ਮੈਂ ਥੱਲੇ ਮਤਲਬ ਲੱਗਣਾ ਇੱਕ ਹੁੰਦਾ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਚਲੋ ਵਿਆਹ ਕੇ ਲਿਆਂਦੀ ਆ ਵੀ ਆਪਾਂ ਇੱਜ਼ਤ ਕਰਾਂਗੇ ਉਹ ਚੀਜ਼ ਜ਼ਰੂਰੀ ਆ ਚੀਜ਼ ਆ ਪਰ ਜਿਵੇਂ ਕੱਲ ਨੂੰ ਟੋਟ ਮਾਰੇ ਉਹ ਗੱਲ ਵੀ ਮੈਂ ਆਏ ਆ ਵੀ ਤੂੰ ਓਵੇਂ ਆ ਉਹ ਦੋਵਾਂ ਲਈ ਗੱਲ ਤਾਂ ਮੁੰਡੇ ਲਈ ਵੀ ਕੁੜੀ ਲਈ ਵੀ ਸਹੀ ਗੱਲ ਆ ਅੱਜ ਆਪਾਂ ਲਵ ਗੁਰੂ ਕਾਹਤੋਂ ਬਣੇ ਹੋਏ ਆ ਵੈਸੇ ਯਾਰ ਲਾਲ ਰੰਗੀ ਸ਼ਰਟ ਪਾਈ ਕਰਕੇ ਲਾਲ ਸਿੰਘ ਪਿੰਦਾ ਸਹੇਲੀਆਂ ਨੂੰ ਐਂ ਮਤਲਬ ਪੂਛ ਪੂਛ ਬਾਹਲਾ ਬਾਹਲਾ ਜ਼ਿਆਦਾ ਕਰਦੇ ਆ ਉਹ ਸਭ ਤੋਂ ਇੱਕ ਇਹ ਭੈਣ ਨੇ ਇਹ ਹੁੰਦੇ ਆ ਨਾ ਇਹ ਸਾਲੇ ਵਿੱਚ ਲੈਣੀ ਦੇ ਇਹ ਫੁੱਦੂ ਬੰਦੇ ਹੁੰਦੇ ਆ ਪੁੱਛ ਕਿਵੇਂ ਕਿਵੇਂ ਦੇਖ ਵੀ ਕੁੜੀ ਨੇ ਮੰਨ ਲਾ ਵੀ ਆਹ ਬੰਦਾ ਪਿਆਰ ਕਰਦਾ ਕੁੜੀ ਨੂੰ ਉਹਦੀ ਕਦਰ ਨਹੀਂ ਕੀਤੀ ਘਰੇ ਜਾਊ ਬਲੇਟ ਮਾਰ ਦੂ ਉੱਤੇ ਉੱਤੇ ਆਏ ਉਹ ਉਹਦਾ ਕੀ ਮਤਲਬ ਵੀ ਮੇਰੇ ਸਾਲੇ ਦੇ ਆ ਵੀ ਇਹ ਚੀਜ਼ ਨਾਲ ਤਾਂ ਉਹਨੇ ਤੈਨੂੰ ਊਣੀ ਬਾਸ਼ਣ ਦੇ ਕਹਿੰਦਾ ਵੀ ਟਿੱਚ ਮੰਦਾ ਵੇ ਤੂੰ ਮੈਂ ਲੈਣਾ ਕੀ ਆ ਫੁੱਦੂ ਆ ਵੀ ਕੱਲ ਨੂੰ ਫਾ ਲੈ ਲੂਗਾ ਵੀ ਮੇਰੇ ਸੇ ਆਪਾਂ ਗੱਲ ਪੋ ਯਾਰ ਆਹ ਗੱਲ ਮੈਂ ਬਹੁਤ ਦੇਖੀ ਆ ਮੁੰਡਿਆਂ ਚ ਮੈਂ ਉਹਦੇ ਪਿੱਛੇ ਬਾਈ ਆਹ ਕਰ ਲਿਆ ਉਹਦੇ ਪਿੱਛੇ ਬਾਈ ਆਹ ਕਰ ਲਿਆ ਮੈਨੂੰ ਪਤਾ ਵੀ ਸਾਲੋ ਪਿਆਰ ਨਾ ਮਨਾਲੋ ਮੈਂ ਹੁਣ ਦੱਸਦਾ ਹੁਣ ਮੇਰੇ ਨਾਲ ਪਤਾ ਕਈ ਗੱਲਾਂ ਕੀ ਹੁੰਦੀਆਂ ਨੇ ਬਾਈ ਮੇਰੀ ਇੱਕ ਸਹੇਲੀ ਆ ਤੂੰ ਉਹਨੂੰ ਮੈਸੇਜ ਕਰਕੇ ਮੇਰੇ ਲਈ ਮਨਾ ਉਹਨੂੰ ਤੇ ਤੈਨੂੰ ਫੋਲੋ ਕਰਦੀ ਆ ਕੁੱਤਾ ਨੇ ਆਪਦੇ ਲਈ ਮਨਾ ਲੈਣੀ ਆ ਫਿਰ ਚੱਕੀ ਜਾਓਗੇ ਜਦ ਤੱਕ ਮੈਸੇਜ ਕਰਕੇ ਮਨਾ ਉਹ ਵੀ ਸਾਲਿਓ ਜੇ ਤੁਸੀਂ ਮਨਾ ਨਹੀਂ ਸਕਦੇ ਵੀ ਕੱਲ ਨੂੰ ਕਰੋਗੇ ਕੀ ਉਹਦੇ ਨਾਲ ਤੁਸੀਂ ਇਹ ਵੀ ਗੱਲ ਸਹੀ ਆ ਜਮਾ 16 ਨੇ ਕੱਲ ਨੂੰ ਤੁਸੀਂ ਕਹੋਗੇ ਵੀ ਅੱਜ ਬਾਈ ਸੁਹਾਗ ਰਾਵਾ ਮੈਂ ਟਿਪਸ ਦੇ ਗਿਆ ਉਹ ਗੱਲ ਸਹੀ ਆ ਵੀ ਮਾੜਾ ਮੋਟਾ ਬੰਦੇ ਵਾਲੀ ਗੱਲ ਕਰਿਆ ਕਰੋ ਲੈ ਬਾਈ ਬਣਾ ਕੇ ਦੇ ਸਹੇਲੀ ਮੇਰੀ ਲੈ ਦੱਸ ਮੈਨੂੰ ਮੈਸੇਜ ਆਉਂਦੇ ਆ ਮੇਰੀ ਸਹੇਲੀ ਤੁਹਾਨੂੰ ਫੋਲੋ ਕਰਦੀ ਆ ਤੇ ਇਹਨੂੰ ਕਹੋ ਮਾੜਾ ਵੀ ਮੇਰੇ ਲਈ ਵੀ ਤੁਹਾਨੂੰ ਪਿਆਰ ਕਰਦਾ ਵੀ ਮੇਰੇ ਕਹੇ ਤੇ ਮੰਨ ਜਾਊਗੀ ਵੀ ਤੂੰ ਕਰਨਾ ਤੇਰੀ ਤਾਂ ਉਹ ਮੰਨ ਨਹੀਂ ਰਹੀ ਕੋਈ ਸਮਝ ਨਹੀਂ ਆਉਂਦੀ ਕੀ ਸਿਸਟਮ ਆ ਯਾਰ ਕੀ ਕਹੀਏ ਦੁਨੀਆ ਦਾ ਕਿਹੜੇ ਰਾਹੀਂ ਚੱਲ ਪਈ ਬੰਦੇ ਕੀ ਬਣੀ ਜਾਂਦੇ ਆ ਉਹ ਤਾਂ ਮੈਂ ਚੱਲ ਆਪਾਂ ਕਹਿਣੇ ਆ ਵੀ ਬਾਹਲੀ ਦਿਲ ਤੇ ਨਹੀਂ ਗੱਲ ਆਉਣੀ ਚਾਹੀਦੀ ਜਿਹੜਾ ਯਾਰ ਛੱਡ ਕੇ ਜਾਂਦਾ ਉਹ ਪਹਿਲੀ ਗੱਲ ਆਪਦਾ ਹੁੰਦਾ ਹੀ ਨਹੀਂ ਜਿਹੜਾ ਆਪਦਾ ਉਹ ਛੱਡ ਕੇ ਨਹੀਂ ਜਾਂਦਾ ਇਹ ਤਾਂ ਗੱਲ ਚੱਲ ਕਲੀਅਰ ਜਮਾਂ ਸਹੀ ਗੱਲ ਕਦਰ ਹੁੰਦੀ ਆ ਮਨਾਉਣਾ ਵੀ ਚਾਹੀਦਾ ਚੋ ਕਈ ਵਾਰ ਗਲੇ ਸ਼ਕਵੇ ਹੁੰਦੇ ਆ ਇਹੋ ਜੀ ਗੱਲ ਨਹੀਂ ਮਨਾਉਣਾ ਨਹੀਂ ਚਾਹੀਦੀ ਹੁਣ ਕਿ ਭਰਾਵਾ ਹੋਰ ਤੁਸੀਂ ਕਹੋ ਵੀ ਮਨਾਉਣਾ ਨਹੀਂ ਮਨਾਉਣਾ ਚਾਹੀਦਾ ਅਣਖ ਲੈ ਕੇ ਬਹਿ ਜਾਣ ਵੀ ਅਸੀਂ ਮਰਦਾ ਅਸੀਂ ਕਿ ਮਨਾਉਣਾ ਇਹ ਗੱਲ ਨਹੀਂ ਮੈਂ ਕਹਿੰਦਾ ਜਿੱਥੇ ਪਿਆਰ ਆ ਮਨਾਉਣਾ ਚਾਹੀਦਾ ਵੀ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ ਜੀ ਨਹੀਂ ਸਕਦਾ ਮੈਨੂੰ ਇੱਕ ਮੌਕਾ ਦੇ ਦੇ ਇੱਕ ਮੌਕਾ ਦੇ ਦੇ ਉਹ ਕੰਮ ਜ਼ਿੰਦਗੀ ਵਿੱਚ ਕਦੇ ਨਾ ਕਰਿਓ ਇਹ ਟਿਪ ਹੀ ਲਾ ਲਓ ਯਾਰ ਚਾਹੇ ਪ੍ਰੋ ਟਿਪ ਆ ਜ਼ਿੰਦਗੀ ਵਿੱਚ ਆਪਦੀ ਤੁਸੀਂ ਵੈਲਿਊ ਕਰਾਉਣੀ ਆ ਕਿਸੇ ਤੋਂ ਜੇ ਸੈਲਫ ਰਿਸਪੈਕਟ ਆ ਦੁਨੀਆ ਤੁਹਾਡੇ ਕਦਮਾਂ 'ਚ ਜੇ ਤੁਹਾਡੀ ਆਪਦੀ ਸੈਲਫ ਰਿਸਪੈਕਟ ਹੀ ਹੈ ਨਹੀਂ ਫਿਰ ਕੱਖ ਨਹੀਂ ਪੱਲੇ ਤੁਹਾਡੇ ਇਹ ਗੱਲ ਯਾਦ ਰੱਖੇ ਗੱਲ ਜਮਾਂ 16 ਨੇ ਸੱਚ ਚਲੋ ਅੱਜ ਲਈ ਆ ਗਿਆਨ ਬਹੁਤ ਆ ਤਾਂ ਕਿਵੇਂ ਲੱਗਿਆ ਇਹਦਾ ਵਲੋਗ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਇਕਨ ਨੂੰ ਦਬਾਉਣ ਸਾਡੇ ਵਲੋਗ ਹੋਰ ਦੇਖਣ ਲਈ ਬਾਕੀ ਆਪਾਂ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਟਿਲ ਦੈਨ ਪੀਸ ਆਊਟ।